ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾਂ 'ਚ ਬੀਤੀ 4 ਸਤੰਬਰ ਨੂੰ ਇੱਕ ਖਾਲੀ ਪਲਾਟ 'ਚ ਹੋਏ ਧਮਾਕੇ ਦੇ ਮਾਮਲੇ ਨੂੰ ਜ਼ਿਲ੍ਹੇ ਦੀ ਪੁਲਿਸ ਵੱਲੋਂ ਬੀਤੀ ਦੇਰ ਸ਼ਾਮ ਲਗਭਗ ਪੂਰੀ ਤਰ੍ਹਾਂ ਨਾਲ ਹੱਲ ਕਰ ਲਿਆ ਗਿਆ ਹੈ, ਜਿਸ ਤਹਿਤ ਪੁਲਿਸ ਨੇ ਹੁਣ ਤੱਕ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਅਤੇ 1 ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹਨਾਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਸੰਬੰਧ ਪਾਕਿਸਤਾਨ ਅਤੇ ਖਾਲਿਸਤਾਨੀ ਸਮਰਥਕਾਂ ਨਾਲ ਹੋਣੇ ਸਾਹਮਣੇ ਆ ਰਹੇ ਹਨ, ਜਿਸ ਦਾ ਪੁਲਿਸ ਵੱਲੋਂ ਪੂਰਾ ਖੁਲਾਸਾ ਅਗਲੇ ਦਿਨਾਂ 'ਚ ਕੀਤਾ ਜਾ ਸਕਦਾ ਹੈ। ਇਸ ਕੇਸ ਵਿੱਚ ਬੀਤੇ ਕੱਲ੍ਹ ਪੁਲਿਸ ਨੇ ਮਨਦੀਪ ਸਿੰਘ ਉਰਫ ਮੱਸਾ, ਪੁੱਤਰ ਸ਼ੀਤਲ ਸਿੰਘ ਵਾਸੀ ਪਿੰਡ ਦੀਨੇਵਾਲ ਜੋ ਕਿ ਕਰ ਭਲਾ ਹੋ ਭਲਾ ਨਾਮਕ ਸੁਸਾਇਟੀ ਚਲਾਉਂਦਾ ਹੈ ਅਤੇ ਇਸ ਦੇ ਸੰਬੰਧ ਖਾਲਿਸਤਾਨੀ ਸਮਰਥਕਾਂ ਨਾਲ ਹੋਣੇ ਸਾਹਮਣੇ ਆਏ ਹਨ, ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਵੱਲੋਂ ਇਸ ਨੂੰ ਪੇਸ਼ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਵੱਲੋਂ ਇਸ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਗਰਮ ਖਿਆਲੀਆਂ ਅਤੇ ਵੱਖ ਵੱਖ ਖਾਲਿਸਤਾਨੀ ਸਮਰਥਕਾਂ ਨਾਲ ਸੰਬੰਧ ਰੱਖਣ ਵਾਲੇ 6 ਹੋਰ ਮੁਲਜ਼ਮਾਂ ਨੂੰ ਕਾਬੂ ਕਰਦੇ ਹੋਏ ਅਗਲੀ ਜਾਂਚ ਨੂੰ ਬਰੀਕੀ ਨਾਲ ਸ਼ੁਰੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਬੱਚੜੇ, ਜ਼ਿਲ੍ਹਾ ਤਰਨ ਤਾਰਨ, ਚੰਨਦੀਪ ਸਿੰਘ ਵਾਸੀ ਬਟਾਲਾ, ਮਨਪ੍ਰੀਤ ਸਿੰਘ ਵਾਸੀ ਮੁਰਾਦਪੁਰਾ, ਹਰਜੀਤ ਸਿੰਘ ਪੁੱਤਰ, ਹਰਦੇਵ ਸਿੰਘ ਵਾਸੀ ਪੰਡੋਰੀ ਗੋਲਾਂ, ਮਲਕੀਤ ਸਿੰਘ ਵਾਸੀ ਕੋਟਲਾ ਘੱਗਰ, ਅਮਰਜੀਤ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਸ਼ਾਮਲ ਹਨ। ਸਰ, ਕੀ ਇਹ ਮਾਮਲਾ ਜਿਹੜਾ ਅੱਜ ਪੇਸ਼ ਕੀਤਾ ਗਿਆ? ਇਹ ਥੋੜ੍ਹੇ ਦਿਨ ਪਹਿਲਾਂ ਬਲਾਸਟ ਹੋਇਆ ਸੀਗਾ, ਕੇਸ ਕੀਤਾ ਸੀ ਅਸੀਂ ਉਸ ਵਿਅਕਤੀ 'ਚ 5 ਲੋਕ ਨੂੰ, ਉਹਦੇ ਵਿੱਚ ਸਾਨੂੰ ਕੋਈ ਪੁਲਿਸ ਮਿਲੇ ਸੀਗੇ ਅਤੇ ਫਿਰ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਦੋਸ਼ੀਆਂ ਨੂੰ, ਅੱਜ ਇਹਨਾਂ ਦਾ ਪੇਸ਼ ਕਰਕੇ ਰਿਮਾਂਡ ਲਿਆ ਵਾ। ਹੁਣ ਜਿਹੜੇ ਫਰਦਰ ਇਨਕਸ਼ਾਫ ਹੋਣਗੇ ਉਹਦੇ ਮੁਤਾਬਕ ਦੇਖਾਂਗੇ ਅੱਜ ਰਿਮਾਂਡ ਤੋਂ ਬਾਅਦ ਪੁੱਛਗਿੱਛ ਕੀ ਹੁੰਦਾ ਵਾ, ਜਿੱਦਾਂ ਇਹਦਾ ਮਤਲਬ ਕਿ ਇਹਨਾਂ ਦੀ ਪੁੱਛਗਿੱਛ ਆਊਗਾ ਉਹ ਸਾਨੂੰ ਫਰਦਰ ਸਾਡੀ ਇਨਵੈਸਟੀਗੇਸ਼ਨ ਚਲੀ ਜਾਂਦੀ। ਸਰ, ਕਿੰਨੇ ਦੋਸ਼ੀ ਨੇ? ਕਿੰਨੇ ਦੋਸ਼ੀ ਫੜੇ ਗਏ? 7 ਦੋਸ਼ੀ। ਸਰ, ਕਿਸ ਮਾਮਲੇ 'ਚ ਨੇ? ਸਰ, ਇਹ ਇੱਕ ਪੰਡੋਰੀ ਗੋਲੇ ਇੱਕ ਬਲਾਸਟ ਵਾਸਤੇ 5 ਨੂੰ ਪੁਲਿਸ ਵਿੱਚ। ਸਰ, ਇਹਨਾਂ ਨੇ ਕੋਈ ਕਲੂ ਮਿਲਿਆ ਕਿ ਇਹਨਾਂ ਨੇ ਮਤਲਬ ਕਿੰਨਾ ਨਾਲ ਸੰਭਾਲਿਆ? ਹੁਣ ਦੇਖਿਆ ਰਿਮਾਂਡ ਲਿਆ ਵਾ, ਦੇਖਦੇ ਹਾਂ ਕੀ ਹੁੰਦਾ। ਅਤੇ ਕੋਈ ਰਿਕਵਰੀ ਹੋਈ ਹੈ ਸਰ? ਹਾਂ, ਕਰਾਂਗੇ ਨਾ, ਹੁਣ ਦੇਖੋ ਰਿਮਾਂਡ ਦੇ ਵਿੱਚ ਡਿਊਰਿੰਗ ਰਿਮਾਂਡ ਦੇ ਕੋਲ ਪੁੱਛਾਂਗੇ ਕੀ ਕੀਤਾ। ਠੀਕ ਹੈ ਸਰ, ਠੀਕ ਠੀਕ। ਤਰਨ ਤਾਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।